ਹਾਂਜੀ ਦੋਸਤੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇੱਕ ਨਵੀਂ ਨਿਊਜ਼ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਬਹੁਤ ਹੀ ਵੱਡੀ ਅਪਡੇਟ ਆ ਰਹੀ ਹੈ ਐਗਜ਼ਾਮ ਨੂੰ ਲੈ ਕੇ ਤੀਜਾ ਪੰਜਵਾਂ ਤੇ ਸੱਤਵਾਂ ਜਿਹੜੇ ਥਿਊਰੀ ਐਗਜ਼ਾਮ ਹੋ ਤੁਹਾਡੇ ਸ਼ੁਰੂ ਹੋਣ ਜਾ ਰਹੇ ਨੇ 21 ਜਨਵਰੀ ਤੋਂ ਬਿਲਕੁਲ ਤੁਸੀਂ ਸਹੀ ਸੁਣਿਆ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਆਪਰ ਰਜਿਸਟਰਾਰ ਵੱਲੋਂ ਇਹ ਅਨਾਉਂਸ ਕਰ ਦਿੱਤਾ ਗਿਆ ਹੈ ਤੁਹਾਡੇ ਪੇਪਰ ਜਿਹੜੇ ਆਫਲਾਈਨ ਮੋਡ ਦੇ ਵਿੱਚ ਲੈ ਜਾਣਗੇ ਲੈ ਜਾਣਗੇ 21 ਜਨਵਰੀ ਤੋਂ ਜਰੂਰ ਇਸ ਨਿਊਜ਼ ਨੂੰ ਪੂਰਾ ਦੇਖਿਓ ਤੁਹਾਨੂੰ ਮੈਂ ਸਾਰੀ ਨਿਊਜ਼ ਅਪਡੇਟ ਦਊਂਗਾ ਹਾਂਜੀ ਜੀ ਮੈਂ ਪਹਿਲੇ ਹੀ ਪ੍ਰੋਟੈਸਟ ਹੋ ਰਿਹਾ ਸੀ ਕਿ ਆਨਲਾਈਨ ਦੀ ਬਜਾਏ ਆਫਲਾਈਨ ਐਗਜ਼ਾਮ ਬਾਰੇ ਕੀ ਆ ਗਿਆ ਸੀ ਰਜਿਸਟਰਸ ਬਲੋਤੇ ਵਿਦਿਆਰਥੀਆਂ ਨੂੰ ਕਿਹਾ ਗਿਆ ਸੀ ਅਸੀਂ ਆਫਲਾਈਨ ਐਗਜ਼ਾਮ ਨਹੀਂ ਦੇਣੇ ਅਸੀਂ ਆਨਲਾਈਨ ਐਗਜ਼ਾਮ ਦੇਣੇ ਤੇ ਇਹਨਾਂ ਨੂੰ ਲੈ ਕੇ ਸਾਰੀ ਇਨਫੋਰਮੇਸ਼ਨ ਕਲੀਅਰ ਹੋ ਚੁੱਕੀ ਹੈ ਇਥੇ ਦੱਸਿਆ ਜਾਵਾ ਜੀ ਕਿ ਮੈਂ ਤੁਹਾਨੂੰ ਦੱਸਾਂ ਤਾਂ ਤੁਹਾਡੇ ਪੇਪਰ 21 ਜਨਵਰੀ ਤੋਂ ਸ਼ੁਰੂ ਹੋ ਰਹੇ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 21 ਜਨਵਰੀ ਤੋਂ ਤੁਹਾਡੇ ਪੇਪਰ ਸ਼ੁਰੂ ਹੋ ਰਹੇ ਨੇ ਤੀਜੇ ਪੰਜਵੇਂ ਦੇ ਸੱਤਵੇਂ ਸਮੈਸਟਰ ਦੇ ਥਿਊਰੀ ਐਗਜ਼ਾਮ ਆਫਲਾਈਨ ਲੈ ਜਾਣਗੇ ਇਸ ਕਰਕੇ ਤੁਹਾਨੂੰ ਸਾਰੇ ਹੀ ਕਾਲਜ ਦੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਕਾਲਜ ਤੇ ਯੂਨੀਵਰਸਿਟੀ ਜਾਣਾ ਪਵੇਗਾ ਬੈਂਚਾਂ ਉੱਪਰ ਬੈਠ ਕੇ ਤੁਹਾਡੇ ਪੇਪਰ ਹੋਣਗੇ ਜ਼ਰੂਰ ਤੁਸੀਂ ਇਹ ਨਿਊਜ਼ ਨੂੰ ਆਪਣੇ ਦੋਸਤਾਂ ਦੇ ਮਿੱਤਰਾਂ ਨਾਲ ਸ਼ੇਅਰ ਕਰੋ ਤਾਂ ਜੋ ਉਹਨਾਂ ਨੂੰ ਨਿਊਜ਼ ਅਪਡੇਟ ਮਿਲ ਸਕੇ ਨਿਊ ਤੁਹਾਨੂੰ ਤੇ ਪੇਪਰ ਨਾਲ ਸੰਬੰਧਿਤ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਤੁਹਾਡੇ ਵਾਸਤੇ ਜਲਦੀ ਲੈ ਕੇ ਆ ਰਹੇ ਹਾਂ ਜ਼ਰੂਰ ਤੁਸੀਂ ਨਾਲ ਨਾਲ ਡਿਸਕ੍ਰਿਪਸ਼ਨ ਚੈੱਕ ਕਰਦੇ ਰਹੋ ਤੁਹਾਡੇ ਲਈ ਇੱਕ ਨਿਊਜ਼ ਅਪਡੇਟ ਲੈ ਕੇ ਆਏ ਹਾਂ ਜ਼ਰੂਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਆਪਣੇ ਦੋਸਤਾਂ ਨਾਲ ਇਸ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ